ਮਾਨਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਪ੍ਰਤੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿੱਚ ਵੱਖ ਵੱਖ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾਕਟਰ ਪਰਮਜੀਤ ਕੌਰ ਅਤੇ ਟ੍ਰੈਫਿਕ ਸੈੱਲ ਦੇ SHO ਵਿਸ਼ਵਨਾਥ ਦੇ ਆਧਾਰਿਤ ਟੀਮ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਦੇ 8 ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਡੀਸੀ ਸਾਹਿਬ ਵੱਲੋਂ ਅਤੇ ਆਪਣੇ ਹਾਈਕੋਰਟ ਦੇ ਹੁਕਮਾਂ ਨਾਲ ਇੱਕ ਟੀਮ ਗਠਿਤ ਹੋਈ ਹੈ, ਉਹ 'ਚ ਜ਼ਿਲ੍ਹਾ ਪ੍ਰੋਟੈਕਸ਼ਨ ਅਫਸਰ ਦੇ ਨਾਲ ਨਾਲ ਸਾਡੇ ਟ੍ਰੈਫਿਕ ਵਿੰਗ ਹੈ, ਅਤੇ ਸੇਫ ਸਕੂਲ ਵਾਹਨ ਦੇ ਤਹਿਤ ਸਕੂਲ ਬੱਸਾਂ ਨੂੰ ਚੈੱਕ ਕੀਤਾ ਗਿਆ, ਜਿਨ੍ਹਾਂ 'ਚ ਕਮੀਆਂ ਪਾਈਆਂ ਗਈਆਂ ਨੇ ਐਜ਼ ਪਰ ਹਾਈਕੋਰਟ ਡਾਇਰੈਕਸ਼ਨ ਉਹਨਾਂ ਗੱਡੀਆਂ ਦੇ ਚਲਾਨ ਕੀਤੇ ਗਏ ਨੇ। ਔਰ ਮਾਪਿਆਂ ਨੂੰ ਵੀ ਮੇਰੇ ਨੂੰ ਅਪੀਲ ਹੈ ਕਿ ਜਦੋਂ ਤੁਸੀਂ ਪੇਰੈਂਟ ਟੀਚਰ ਮੀਟਿੰਗ 'ਚ ਜਾਂਦੇ ਹੋ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਾ ਰਹੇ ਹੋ, ਇੰਨੇ ਪੈਸੇ ਖਰਚ ਕਰ ਰਹੇ ਹੋ, ਕਮ ਸੇ ਕਮ ਸਕੂਲ ਵਾਲੇ ਨੂੰ ਇਹ ਗੱਲ ਪੁੱਛੋ ਕਿ ਤੁਹਾਡੀਆਂ ਟਰਮ ਐਂਡ ਕੰਡੀਸ਼ਨ ਪੂਰੀਆਂ ਨੇ ਜਿਨ੍ਹਾਂ 'ਚ ਸਾਡੇ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ। ਕਈਆਂ ਬੱਸਾਂ 'ਚ ਹੈ ਨਹੀਂ ਸੀਗਾ ਫਾਇਰ ਸਿਸਟਮ ਨਹੀਂ ਹੈ, ਕਈਆਂ 'ਚ ਅਟੈਂਡੈਂਟ ਨਹੀਂ ਹੈ, ਕਈਆਂ 'ਚ ਓਵਰਲੋਡਿੰਗ ਹੈ, ਉਹਦੇ ਤਹਿਤ ਅੱਜ ਸਪੈਸ਼ਲ ਟੀਮ ਆਈ ਸੀ ਸਾਡੇ ਨਾਲ, ਇਹਦੇ ਨਾਲ ਸਕੂਲ ਬੱਸਾਂ ਚੈੱਕ ਕੀਤੀਆਂ, 8 ਤੋਂ 10 ਸਕੂਲਾਂ ਦੀਆਂ ਬੱਸਾਂ ਚੈੱਕ ਕੀਤੀਆਂ ਗਈਆਂ, ਜਿਹਦੇ 'ਚ 14 ਤੋਂ 15 ਬੱਸਾਂ ਦੇ ਚਲਾਨ ਕੀਤੇ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ 2।